शिव शक्ति मंदिर पटियाड़ियां ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਕਈ ਦਿਨਾਂ ਤੋਂ ਲਗਾਤਾਰ ਲੰਗਰ ਪਹੁੰਚਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਮੁੱਖ ਸੇਵਾਦਾਰ ਚਰਨਦਾਸ ਅਤੇ ਸਮਾਜ ਸੇਵਕ ਸੁਭਾਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਮੰਦਿਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਲੰਮ ਖੇਤਰ ਵਿੱਚ ਲੰਗਰ ਵਰਤਾਇਆ ਜਾ ਰਿਹਾ ਹੈ ਜੋ ਕਿ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਮੰਦਿਰ ਵੱਲੋਂ 24 ਘੰਟੇ ਲਗਾਤਾਰ ਲੰਗਰ ਵਰਤਾਇਆ ਜਾਂਦਾ ਹੈ ਅਤੇ ਕਰਫਿਊ ਦੌਰਾਨ ਕਿਸੇ ਨੂੰ ਵੀ ਰੋਟੀ ਸਬੰਧੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਹੁਸ਼ਿਆਰਪਰ ਨਿਊਜ਼ ਦੇ ਨਾਲ ਸतीश ਸ਼ਰਮਾ ਅਤੇ ਨਰੇਸ਼ ਕੁਮਾਰ ਸਾਭਾ ਦੀ ਰਿਪ ਇਹ ਲੰਗਰ ਜਿਹੜਾ ਹੈਗਾ ਜੀ ਸਾਡੇ ਬਾਬਾ ਚਰਨਦਾਸ ਜੀ ਪਟਿਆੜੀਆਂ ਤੇ ਸ਼ਿਵ ਸ਼ਕਤੀ ਮੰਦਰ ਵਾਲੇ ਜਿੱਥੇ 24 ਘੰਟੇ ਲੰਗਰ ਚੱਲਦਾ ਇਹ ਹੁਸ਼ਾਰਪੁਰ ਤੋਂ 19 ਰੋਡ ਤੇ ਜਾਣ ਵਾਲੀ ਜਿਹੜੀ ਸੰਗਤ ਹੈਗੀ ਆ ਬਾਬਾ ਬਲਕਨਾਥ ਜੀ ਦੇ ਪੀਰ ਨਗਾਹੇ ਆਨੰਦਪੁਰ ਸਾਹਿਬ ਬਗੈਰਾ ਜਾਂ ਆਣ ਜਾਣ ਵਾਲੀ ਜਿਹੜੀ ਵੀ ਸੰਗਤ ਹੈਗੀ ਆ ਉਹਦੇ ਲਈ ਹਰ ਵੇਲੇ ਨਾ ਕਿ 24 ਘੰਟੇ ਮਤਲਬ ਉੱਥੇ ਲੰਗਰ ਚੱਲਦਾ ਹੈਗਾ ਹੁਣ ਨਾ ਕਿ ਆ 41 ਦਿਨ ਜਿਹੜਾ ਲੰਗਰ ਚੱਲਦਾ ਸੀ 8 ਤਰੀਕ ਤੋਂ 8 ਮਾਰਚ ਤੋਂ ਲੱਗੇ 18 ਅਪ੍ਰੈਲ ਤੱਕ ਇਸ ਲੰਗਰ ਦੇ ਵਿੱਚ ਕੁਦਰਤੀ ਆ ਜਿਹੜੀ ਆਫਤ ਆ ਗਈ ਹੈਗੀ ਆ ਕਰਨ ਨਾਲੀ ਉਹਦੇ ਕਰਕੇ ਉੱਪਰਲੇ ਮੰਦਰ ਬੰਦ ਹੋਣ ਕਰਕੇ ਸੰਗਤ ਦਾ ਹਾਲਾ ਜਾਣਾ ਬੰਦ ਹੋ ਗਿਆ ਤਾਂ ਲੰਗਰ ਬੰਦ ਕਰਤਾ ਸੀ 19 ਤਰੀਕ ਤੋਂ ਪਰ ਇਹ ਅੱਜ ਇਹ ਜਿਹੜੀ ਕੁੰਡੀਆਂ ਦੇ ਵਿੱਚ ਜਿਹੜੀ ਰਹਿੰਦੀ ਹੈ ਲੇਵਰ ਰਹਿੰਦੀ ਹੈਗੀ ਆ ਇਹਨਾਂ ਦਾ ਕੋਈ ਸੋਰਸ ਆ ਨਾ ਕਿ ਜਗਾਡ ਇਨਕਮ ਨਹੀਂ ਸਿਕਾ ਇਹਨਾਂ ਨੂੰ ਕਿਸੇ ਪਾਸੇ ਰਾਸ਼ਨ ਨਹੀਂ ਮਿਲਦਾ ਕਿਉਂਕਿ ਦੁਕਾਨਾਂ ਸਾਰੀਆਂ ਬੰਦ ਆ ਉਹਦੇ ਕਰਫੂ ਕਰਕੇ ਇਸ ਕਰਕੇ ਬਾਬਾ ਜੀ ਨੇ ਉਪਰਾਲਾ ਕੀਤਾ ਅੱਜ ਅਸੀਂ ਸਵੇਰੇ ਆਪਣੇ ਤਹਿਸੀਲਦਾਰ ਸਾਹਿਬ ਹਰਮਿੰਦਰ ਸਿੰਘ ਜੀ ਨੂੰ ਸਪੈਸ਼ਲ ਲੱਗ ਕੇ ਫੋਨ ਕਰਕੇ ਉਹਨਾਂ ਤੋਂ ਪਰਮਿਸ਼ਨ ਲਈ ਉਹਨਾਂ ਨੇ ਬੜੇ ਖੁਸ਼ ਦਿਲ ਦੀ ਨਾਲ ਇਹ ਗੱਲ ਕਹੀ ਕਿ ਨੋ ਪ੍ਰੋਬਲਮ ਤੁਸੀਂ ਨਾ ਕਿ ਲੰਗਰ ਬਣਾਓ ਲੇਵਨ ਨੂੰ ਵੰਡੋ ਕੋਈ ਤੁਹਾਨੂੰ ਨਹੀਂ ਰੁਕੂਗਾ ਜੇ ਕੋਈ ਆਣ ਕੇ ਕੋਈ ਵੀ ਰੋਕਦਾ ਹੈਗਾ ਤੁਸੀਂ ਮੈਨੂੰ ਸੇਵ ਨੰਬਰ ਤੇ ਫੋਨ ਕਰੋ ਮੈਂ ਉਸ ਵੇਲੇ ਉੱਥੇ ਹਾਜ਼ਰ ਹੋਊਗਾ ਤੁਹਾਨੂੰ ਕੋਈ ਚਿੰਤਾ ਨਹੀਂ ਆ ਤੁਸੀਂ ਇਹਨਾਂ ਲੇਵਨ ਨੂੰ ਜਿੱਦਾਂ ਵੀ ਹੈਗਾ ਉਹਨੂੰ ਐਡਜਸਟ ਕਰੋ ਉਸ ਕਰਕੇ ਬਾਬਾ ਜੀ ਨੇ ਅੱਜ ਇਹ ਲੰਗਰ ਤਿਆਰ ਕੀਤਾ ਤੇ ਅੱਜ ਇਸ ਜਨਤਾ ਨੂੰ ਦੇਣ ਆਏ ਆ ਅੱਗੇ ਵੀ ਜਿੱਦਾਂ ਵੀ ਹੋਊਗਾ ਮੌਕੇ ਦੇ ਹਿਸਾਬ ਨਾਲ ਅਸੀਂ ਚੱਲਦੇ ਰਹਾਂਗੇ ਪ੍ਰਸ਼ਾਸਨ ਕਰੇ ਜਾਂ ਨਾ ਕਰੇ ਪਰ ਬਾਬਾ ਜੀ ਦਾ ਕਹਿਣਾ ਇਹ ਹੈਗਾ ਕਿ ਮੇਰੇ ਦਿਲ ਦੀ ਤਾਹੀਦ ਖੁਸ਼ੀ ਹੋਗੀ ਕਿ ਜੇ ਇਦਾਂ ਮੈਂ ਲੰਗਰ ਇਹਨਾਂ ਨੂੰ ਕੁੱਲੀਆਂ ਦੇ ਵਿਚ ਆਣ ਕੇ ਲੇਬਰ ਨੂੰ ਦਿੰਦਾ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਹਲੇ ਇੱਥੇ ਲੰਗਰ ਹਲੇ ਤੱਕ ਤੱਕ ਕੋਈ ਪ੍ਰਸ਼ਾਸਨਲ ਨਹੀਂ ਆਇਆ ਔਰ ਇਵਨ ਇਹ ਹੈ ਕਿ ਜੀ ਹਲੇ ਤੱਕ ਦੁਕਾਨਾਂ ਵੀ ਬੰਦ ਹੈਗੀਆਂ ਰਾਸ਼ਨ ਵੀ ਕਿਧੋ ਨਹੀਂ ਮਿਲਦਾ ਪੈਸਿਆਂ ਦਾ ਤਾਂ ਜਗਾਰ ਲੇਬਰ ਕੋਲ ਉਹੀ ਹੁੰਦਾ ਤੇ ਉਹੀ ਕਮਾਉਂਦੇ ਤਾਂ ਉਹੀ ਖਾਂਦੀ ਆ ਠੀਕ ਹੈ ਨਹੀਂ ਇਸ ਕਰਕੇ ਕੋਈ ਪੈਸੇ ਕਿਸੇ ਪਾਸੇ ਨਹੀਂ ਕੋਈ ਜਗਾਰ ਨਹੀਂ ਆਇਆ ਹਲੇ ਤੱਕ ਹੁਣ ਜਿੰਨੇ ਦਿਨ ਇਹ ਕਰਫਿਊ ਲੱਗਾ ਰਹੂਗਾ ਕੀ ਲੰਗਰ ਲਗਾਤਾਰ ਚੱਲੂਗਾ ਇਹਨਾਂ ਨੂੰ ਗਰੀਬਾਂ ਨੂੰ ਇਦਾਂ ਇਦਾਂ ਹੀ ਆਉਜੀ ਇਹਨਾਂ ਨੂੰ ਇਦਾਂ ਹੀ ਆਉਜੀ ਕੁੰਨੀਆਂ ਦੇ ਵਿੱਚ ਇਦਾਂ ਹੀ ਵੰਡਾਂਗੇ ਜੀ ਡੇਲੀ ਕਿਉਂਕਿ ਰੋਕ ਨਹੀਂ ਹੁੰਦੀ ਪ੍ਰਸ਼ਾਸਨ ਜੇ ਕਿਸੇ ਵਜ੍ਹਾ ਤੇ ਸਾਨੂੰ ਰੋਕਦਾ ਹੋਊਗਾ ਫਿਰ ਅਸੀਂ ਮਤਲਬ ਦੁਕਾਂਗੇ ਨਹੀਂ ਤਾਂ ਆਦਰਵਾਇਜ਼ ਤਹਿਸੀਲਦਾਰ ਸਾਹਿਬ ਨੇ ਇੰਨਾ ਕਿ ਸਪੈਸ਼ਲੀ ਪਰਮਿਸ਼ਨ ਦਿੱਤੀ ਆ ਇਸ ਕਰਕੇ ਬਾਬਾ ਜੀ ਦੇ ਦਿਲ ਦੀ ਜਿਹੜੀ ਤਮੰਨਾ ਸੀ ਉਹ ਪੂਰੀ ਹੋਈ ਆ ਬਾਬਾ ਜੀ ਤਾਂ ਰੋਜ਼ ਐਸ.ਐਚ.ਓ. ਸਾਹਿਬ ਨੇ ਫੋਨ ਕਰਕੇ ਪੁੱਛਦੇ ਸੀਗੇ ਕਿ ਮਹਾਰਾਜ ਨੇ ਕਿਹਾ ਸੀ ਇੰਨਾ ਕਿ ਲਾ ਸਕਦੇ ਆ ਇੰਦਾ ਪਰ ਐਸ.ਐਚ.ਓ. ਸਾਹਿਬ ਅਕਤਿਆਰ ਰਹਿ ਗਈ ਆ ਸੋ ਇਸ ਕਰਕੇ ਅਸੀਂ ਫਿਰ ਤਹਿਸੀਲਦਾਰ ਸਾਹਿਬ ਨੂੰ ਫੋਨ ਕਰਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਇਹ ਸ਼ੁਰੂ ਕੀਤਾ ਹੈ ਜੀ